ਮੈਂ ਬਣਾਈ ਸੀ ਜੀ ਪਿਆਜ਼ ਤੇ ਭਿੰਡੀ ਦੀ ਬਹੁਤ ਹੀ ਟੇਸਟੀ ਸਬਜ਼ੀ। ਇਸ ਨੂੰ ਤੁਸੀਂ ਭਿੰਡੀ ਦੋ ਪਿਆਜ਼ਾ, ਭਿੰਡੀ ਮਸਾਲਾ, ਭਿੰਡੀ ਫਰਾਈ ਵੀ ਕਹਿ ਸਕਦੇ ਹੋ, ਜੋ ਕਿ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ। ਜੋ ਇਸ ਨੂੰ ਨਹੀਂ ਖਾਣਾ ਪਸੰਦ ਕਰਦਾ ਤਾਂ ਤੁਸੀਂ ਇਸ ਤਰੀਕੇ ਨਾਲ ਭਿੰਡੀ ਦੀ ਸਬਜ਼ੀ ਬਣਾਓਗੇ ਤਾਂ ਉਹ ਵੀ ਇਸ ਨੂੰ ਖਾ ਕੇ ਬਹੁਤ ਖੁਸ਼ ਹੋਏਗਾ। ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ। ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗਦੀ ਹੈ ਜੀ, ਜ਼ਰੂਰ ਲਾਈਕ ਸ਼ੇਅਰ ਕਰਿਆ ਕਰੋ। ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਨੂੰ ਪਤਾ ਹੈ ਜੀ ਕਿ ਬਾਜ਼ਾਰ ਦੇ ਵਿੱਚ ਹੁਣ ਭਿੰਡੀਆਂ ਆ ਚੁੱਕੀਆਂ ਨੇ, ਪਰ ਸਟੋਰ ਵਾਲੀਆਂ ਭਿੰਡੀਆਂ ਨਹੀਂ, ਪਰ ਫਿਰ ਵੀ ਵਧੀਆ ਨੇ ਕਿ ਬਹੁਤ ਸੌਫਟ ਆ। ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਸੀ ਜੀ, ਉਹਨਾਂ ਦੀਆਂ ਸਾਈਡਾਂ ਕੱਟ ਲਈਆਂ। ਫਿਰ ਇਹ ਭਿੰਡੀਆਂ ਨੂੰ ਮੈਂ ਇਸ ਤਰ੍ਹਾਂ, ਜਿਹੜੀ ਵੱਡੀ ਭਿੰਡੀ ਆ ਉਹਦੇ ਮੈਂ 3 ਟੁਕੜੇ ਕਰ ਲਿਆ, ਛੋਟੀ ਭਿੰਡੀ ਦੇ 2 ਟੁਕੜੇ ਕਰ ਲਿਆ। ਵੱਡੇ ਵੱਡੇ ਪੀਸਿਸ ਦੇ ਵਿੱਚ ਆਪਾਂ ਇਹਨਾਂ ਨੂੰ ਕੱਟ ਕਰ ਲੈਣਾ ਹੈ। ਭਿੰਡੀਆਂ ਆਪਣੀਆਂ ਕੱਟ ਹੋ ਗਈਆਂ ਜੀ, ਮੈਂ ਇਸ ਤਰ੍ਹਾਂ ਲੰਮੀਆਂ ਲੰਮੀਆਂ ਕੱਟੀਆਂ ਹੈ। ਤੇ ਇਸ ਤੋਂ ਬਾਅਦ ਮੈਂ ਇੱਕ ਕੜਾਈ ਦੇ ਵਿੱਚ ਲਿਆ ਹੈਗਾ ਜੀ ਸਰੋਂ ਦਾ ਤੇਲ। ਸਰੋਂ ਦਾ ਤੇਲ ਮੈਂ 2 ਤੋਂ 2.5 ਚਮਚ ਲਿਆ ਜੀ। ਤੇਲ ਗਰਮ ਦੇ ਹੋਣ ਤੇ ਜੀ ਫਿਰ ਇਹਦੇ ਵਿੱਚ ਆਪਾਂ ਕੱਟੀਆਂ ਹੋਈਆਂ ਭਿੰਡੀਆਂ ਪਾ ਦੇਣੀਆਂ ਨੇ। ਇਹਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਉਣਾ ਹੈ ਭਿੰਡੀਆਂ ਨੂੰ। ਤੇ ਇੱਥੇ ਨਾਲ ਹੀ ਤੁਸੀਂ ਆਪਣੇ ਟੇਸਟ ਅਕੋਰਡਿੰਗ ਜਿੰਨਾ ਆਪਾਂ ਨੂੰ ਸਬਜ਼ੀ ਦੇ ਵਿੱਚ ਨਮਕ ਚਾਹੀਦਾ ਹੈ ਪਾ ਦੇਣਾ ਹੈ। ਮੈਂ ਇੱਥੇ ਨਮਕ ਪਾਉਣਾ ਭੁੱਲ ਗਈ ਸੀ, ਮੈਂ ਥੋੜਾ ਬਾਅਦ ਵਿੱਚ ਪਾਇਆ ਸੀ। ਆਪਾਂ ਭਿੰਡੀਆਂ ਨੂੰ ਜੀ 80 ਤੋਂ 90% ਕੁੱਕ ਕਰ ਲੈਣਾ ਹੈ। ਬਾਅਦ ਵਿੱਚ ਆਪਾਂ ਤੜਕਾ ਬਣਾ ਕੇ ਫਿਰ ਭਿੰਡੀਆਂ ਨੂੰ ਉਹਦੇ ਵਿੱਚ ਪਾਵਾਂਗੇ। ਨਮਕ ਐਡ ਮੈਂ ਕਰ ਲਿਆ ਹੈ ਜੀ। ਇੱਥੇ ਨਮਕ ਐਡ ਕਰਨ ਤੋਂ ਬਾਅਦ ਮੈਂ 2 ਤੋਂ 3 ਮਿੰਟ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾ ਲਿਆ ਸੀਗਾ। ਭਿੰਡੀਆਂ ਆਪਣੀਆਂ ਸੌਫਟ ਹੋ ਚੁੱਕੀਆਂ ਨੇ। ਹੁਣ ਮੈਂ ਭਿੰਡੀਆਂ ਨੂੰ 1 ਪਲੇਟ ਦੇ ਵਿੱਚ ਸਾਈਡ ਤੇ ਕੱਢ ਲਵਾਂਗੀ। ਭਿੰਡੀਆਂ ਮੈਂ ਸਾਈਡ ਤੇ 1 ਪਲੇਟ ਦੇ ਵਿੱਚ ਕੱਢ ਲਈਆਂ ਜੀ। ਤੇ ਮੈਂ ਕੜਾਈ ਦੇ ਵਿੱਚ ਥੋੜਾ ਜਿਹਾ ਤੇਲ ਹੈਗਾ ਸੀ ਤੇ 1 ਚਮਚ ਹੋਰ ਪਾ ਕੇ ਇਸੇ ਸਾਈਜ਼ ਦੇ ਮੈਂ ਪਿਆਜ਼ ਲੰਮੇ ਲੰਮੇ ਕੱਟ ਲਏ ਆ। ਤੇ ਪਿਆਜ਼ਾਂ ਨੂੰ ਵੀ ਆਪਾਂ ਕਲਰ ਚੇਂਜ ਹੋਣ ਤੱਕ ਪਕਾਉਣਾ ਹੈ। ਪਿਆਜ਼ ਆਪਾਂ ਜ਼ਿਆਦਾ ਨਹੀਂ ਪਕਾਉਣੀ, ਅਗਰ ਜ਼ਿਆਦਾ ਪਿਆਜ਼ ਪਕਾਵਾਂਗੇ ਤਾਂ ਜਿਹੜੇ ਪਿਆਜ਼ ਆਪਣੇ ਬੈਠ ਜਾਣਗੇ। ਪਿਆਜ਼ ਵੀ ਆਪਣੇ ਸੌਫਟ ਹੋ ਗਏ ਜੀ ਬਿਲਕੁਲ। ਆਪ ਇਹਨਾਂ ਨੂੰ ਵੀ ਇਸੇ ਤਰ੍ਹਾਂ 12 ਪਲੇਟ ਦੇ ਵਿੱਚ ਕੱਢ ਲੈਣਾ ਹੈ। ਇਸ ਤੋਂ ਬਾਅਦ ਥੋੜਾ ਜਿਹਾ ਤੇਲ ਬਚਿਆ ਸੀ ਜੀ, ਮੈਂ ਥੋੜਾ ਜਿਹਾ ਹੋਰ ਪਾਇਆ 1.5 ਚਮਚ। ਇਹਦੇ ਵਿੱਚ ਹੁਣ ਆਪਾਂ ਤੜਕਾ ਬਣਾਵਾਂਗੇ। ਤੇਲ ਗਰਮ ਹੋਣ ਤੇ ਵੀ ਪਾਇਆ ਸਭ ਤੋਂ ਪਹਿਲਾਂ ਮੈਂ ਜੀਰਾ। ਇਸ ਤੋਂ ਬਾਅਦ ਤੜਕੇ ਦੇ ਲਈ ਮੈਂ 2 ਪਿਆਜ਼ ਕੱਟ ਕੇ ਲੈ ਲਏ ਸੀ ਜੀ। ਤੇ ਇਹਨਾਂ ਨੂੰ ਆਪਾਂ ਫਰਾਈ ਕਰਨਾ ਹੈ ਲਗਾਤਾਰ ਹਿਲਾਉਂਦੇ ਹੋਏ, ਪਕਾਉਣਾ ਹੈ, ਤੜਕਾ ਤਿਆਰ ਕਰਨਾ ਹੈ। ਇੱਥੇ ਮੈਂ ਪਾ ਰਹੀ ਹਾਂ ਜੀ 2 ਹਰੀਆਂ ਮਿਰਚਾਂ। ਤੜਕੇ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਜੀ, ਇਹਨਾਂ ਨੂੰ ਆਪਾਂ ਬਸ ਕਲਰ ਚੇਂਜ ਹੋਣ ਤੱਕ, ਥੋੜਾ ਬਰਾਊਨ ਹੋਣ ਤੱਕ ਹੀ ਪਕਾਉਣਾ ਹੈ। ਦੂਸਰੀ ਸਾਈਡ ਤੜਕਾ ਆਪਣਾ ਬਣ ਰਿਹਾ ਤੇ ਆਪਾਂ ਤਿਆਰ ਕਰਦੇ ਮਸਾਲੇ। ਮੈਂ 1/2 ਚਮਚ ਲਿਆ ਜੀ ਆਮਚੂਰ ਪਾਊਡਰ, 1/2 ਚਮਚ ਕਸ਼ਮੀਰੀ ਲਾਲ ਮਿਰਚ, 1/2 ਚਮਚ ਲਾਲ ਮਿਰਚ ਤੇ 1/2 ਚਮਚ ਲਿਆ ਹਲਦੀ ਦਾ ਤੇ 1 ਚਮਚ ਧਨੀਆ ਪਾਊਡਰ ਤੇ 1 ਚਮਚ ਕਸੂਰੀ ਮੇਥੀ ਦਾ ਮੈਂ ਪਾ ਕੇ ਮਸਾਲੇ ਸਾਰੇ ਮਿਕਸ ਕਰ ਲਏ ਜੀ। ਇਹਦੇ ਵਿੱਚ ਮੈਂ ਥੋੜਾ ਥੋੜਾ ਪਾਣੀ ਮਿਲਾ ਕੇ ਜੀ 1 ਪਿਊਰੀ ਬਣਾ ਲੈਣੀ ਆ। ਪਾਣੀ ਆਪਾਂ ਜ਼ਿਆਦਾ ਨਹੀਂ ਯੂਜ ਕਰਨਾ ਇੱਥੇ। ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਬਿਲਕੁਲ ਹੀ ਆਪਾਂ ਨੂੰ ਇਸ ਤਰ੍ਹਾਂ ਦਾ ਘੋਲ ਚਾਹੀਦਾ ਏ। ਦੂਸਰੀ ਸਾਈਡ ਆਪਣਾ ਤੜਕਾ ਏ ਬਿਲਕੁਲ ਉਹਦਾ ਕਲਰ ਚੇਂਜ ਹੋ ਚੁੱਕਾ ਏ।
ਤੜਕਾ ਆਪਣਾ ਬਣ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਜੋ ਮਸਾਲੇ ਆਪਾਂ ਤਿਆਰ ਕੀਤੇ ਆ ਉਹ ਪਾ ਦਿਆਂਗੇ। ਇਸੇ ਤਰ੍ਹਾਂ ਕਟੋਰੀ ਨੂੰ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਪਾਣੀ ਨੂੰ ਇਹਦੇ ਵਿੱਚ ਪਾ ਦਾਂਗੇ ਤਾਂ ਜੋ ਕਟੋਰੀ ਨਾਲ ਮਸਾਲੇ ਲੱਗੇ ਆ ਉਹ ਵੀ ਉਹਨਾਂ ਦਾ ਟੇਸਟ ਵੀ ਤੜਕੇ ਦੇ ਵਿੱਚ ਆ ਜਾਵੇ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਉਦੋਂ ਤੱਕ ਇਹਨੂੰ ਪਕਾਉਣਾ ਹੈ ਜਦੋਂ ਤੱਕ ਬਿਲਕੁਲ ਹੀ ਜਿਹੜਾ ਆਪਣਾ ਤੜਕਾ ਹੈ ਡਰਾਈ ਹੋ ਜਾਵੇ। ਦੇਖੋ ਆਪਣਾ ਤੜਕਾ ਹੈ ਜਿਹੜਾ ਬਿਲਕੁਲ ਡਰਾਈ ਹੋ ਚੁੱਕਾ ਹੈ। ਹੁਣ ਆਪਾਂ ਇਹਦੇ ਵਿੱਚ ਫਰਾਈ ਕੀਤੀਆਂ ਹੋਈਆਂ ਭਿੰਡੀਆਂ ਪਾਵਾਂਗੇ। ਭਿੰਡੀਆਂ ਤੇ ਤੜਕੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ, ਮਿਕਸ ਕਰਕੇ ਆਪਾਂ 1 ਮਿੰਟ ਤੱਕ ਇਹਨਾਂ ਨੂੰ ਪਕਾ ਲੈਣਾ ਹੈ। ਉਸ ਤੋਂ ਬਾਅਦ ਜੀ ਆਪਾਂ ਪਾ ਦੇਣੀ ਆ ਫਰਾਈ ਕੀਤੇ ਹੋਏ ਪਿਆਜ਼। ਪਿਆਜ਼ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਹੈ ਤਾਂ ਫਿਰ 1 ਤੋਂ 1.5 ਮਿੰਟ ਆਪਾਂ ਪਕਾ ਲੈਣਾ ਹੈ। ਇਸ ਤਰ੍ਹਾਂ ਦੇ ਨਾਲ ਤੁਸੀਂ ਬਣਾ ਕੇ ਦੇਖਿਓ ਬਹੁਤ ਹੀ ਟੇਸਟੀ ਕਰਾਰੀ ਤੇ ਚਟਪਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ। ਜਿਹੜਾ ਆਮਚੂਰ ਪਾਊਡਰ ਆਪਾਂ ਯੂਜ਼ ਕੀਤਾ ਹੈ ਮੈਂ ਇਹਦੇ ਵਿੱਚ ਉਹਦੇ ਨਾਲ ਵੀ ਬਹੁਤ ਹੀ ਮਤਲਬ ਵਧੀਆ ਟੇਸਟ ਕਰਾਰਾ ਬਣ ਕੇ ਤਿਆਰ ਹੁੰਦਾ ਹੈ। ਜ਼ਰੂਰ ਬਣਾ ਕੇ ਦੇਖਿਓ, ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਰੈਸਿਪੀ। ਇਸ ਤਰ੍ਹਾਂ ਦੀ ਰੈਸਿਪੀ ਦੇਖਣ ਲਈ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ, ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ। ਤੁਹਾਡੇ ਨਾਲ ਇਸੇ ਤਰ੍ਹਾਂ ਦੀ ਰੈਸਿਪੀ ਸ਼ੇਅਰ ਕਰਦੀ ਰਵਾਂਗੀ। ਇਸ ਦੇ ਨਾਲ ਹੀ ਆਪਣੀ ਭਿੰਡੀ ਦੀ ਸਬਜ਼ੀ ਜੀ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੋਈ ਸੀ। ਤੁਸੀਂ ਵੀ ਦੱਸਿਓ ਤੁਹਾਨੂੰ ਇਹ ਰੈਸਿਪੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਆਪਣਾ ਅਨੁਭਵ ਮੇਰੇ ਨਾਲ ਸ਼ੇਅਰ ਕਰਿਓ। ਮਿਲਦੇ ਹਾਂ ਜੀ ਨਵੀਂ ਰੈਸਿਪੀ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਪਿਆਰ ਦਿੰਦੇ ਰਹੋ, ਸਪੋਰਟ ਕਰਦੇ ਰਹੋ। ਥੈਂਕ ਯੂ ਸੋ ਮਚ, ਬਾਏ ਬਾਏ।